ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਬਾਣੀ ਦੀ ਵਿਆਖਿਆ ਕਰਦਾ ਹੈਗਾ ਅਤੇ ਇੱਥੇ ਮੈਂ ਕਰਨ ਲੱਗਾ ਬਲਾਵਲ ਮਹੱਲਾ ਪੰਜਵਾਂ। ਗੋਬਿੰਦ ਸਿਮਰ ਹੁਆ ਕਲਿਆਣ, ਆਪਣੇ ਅਕਾਲ ਪੁਰਖ ਗੋਬਿੰਦ ਹੈਗਾ, ਗੋ ਹੈਗਾ ਰੋਸ਼ਨੀ ਅਤੇ ਬਿੰਦ ਜਿਹੜਾ ਕਿ ਰੋਸ਼ਨੀ ਦਿੰਦਾ ਹੈਗਾ, ਅਤੇ ਉਸ ਗੋਬਿੰਦ ਦੀ ਨਾ ਗੋਡ ਜਿਹੜੇ ਗੋਬਿੰਦ ਹੁੰਦੇ ਨੇ ਸੰਸ ਆਫ ਗੋਡ, ਅਤੇ ਇਸ ਕਰਕੇ ਜਿਹੜੇ ਗੋਬਿੰਦ ਸਿਮਰ ਉਹਦਾ ਨਾਮ ਅਕਾਲ ਪੁਰਖ ਦਾ ਲੈਂਦਿਆਂ ਹੋਇਆ ਮੇਰਾ ਮੁਕਤੀ ਹੋ ਗਈ, ਕਲਿਆਣ ਹੋ ਗਿਆ। ਇਹ ਸਤਿਗੁਰੂ ਅਰਜਨ ਦੇਵ ਜੀ ਚਿੱਤ ਬਿਰਤੀ ਦੇ ਸਿੱਖ ਸਨ, ਚਿੱਤ ਬਿਰਤੀ 'ਚ ਕਲਿਆਣ ਦੀ ਹੈਗੀ ਨਾ ਹੋ ਜਾਂਦੀ ਹੈਗੀ। ਮਿੱਟੀ ਉਪਾਦ ਦੇ ਵਿਆਹ ਸੁੱਖ ਸਾਚਾ, ਆ ਜਿਹੜਾ ਸੰਸਾਰ ਦੀ ਜਿਹੜੀ ਹੈਗੀ ਨਾ ਆਪਣੇ ਸਾਰੇ ਉਹ ਮਿੱਟੀ ਨਾਲ ਆਪਣੇ ਜਿਹੜੇ ਹੈਗੇ ਨੇ ਕਾਰੋਬਾਰ ਜਾਂ ਹੋਰ ਉਹ ਸਾਰੇ ਲੱਥ ਜਾਂਦੇ ਨੇ ਚੌਥੀ ਬਿਰਤੀ 'ਚ। ਅਤੇ ਫਿਰ ਸੁੱਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ, ਫਿਰ ਉਹ ਜਿਹੜਾ ਤੁਹਾਡੇ ਅੰਦਰ ਜਿਹੜਾ ਸੁੱਖਦਾਤਾ ਅਕਾਲ ਪੁਰਖ ਉਹ ਤੁਹਾਡੇ ਅੰਦਰ ਜਾਮੀ ਹੈਗਾ, ਅਤੇ ਉਹਨੂੰ ਤੁਸੀਂ ਸਿਮਰਿਆ ਜਾਣੋ ਰਹੋ। ਜਿਸ ਕੇ ਜੀਆ ਤਿੰਨ ਕੀਏ ਸੁਖਾਲੇ, ਭਗਤ ਜਨਾਂ ਕੋ ਸਾਚਾ ਤਾਣ। ਜਿਹੜੇ ਹੈਗੇ ਨੇ ਅਕਾਲ ਪੁਰਖ ਦੇ ਸਾਰੇ ਜੀ ਜਿਹੜੇ ਹੈਗੇ ਨੇ, ਕੋਈ ਪੱਥਰਾਂ ਦੇ ਥੱਲੇ ਹੈਗਾ, ਕੋਈ ਕਿਤੇ ਹੈਗਾ, ਛੋਟਾ ਹੈਗਾ, ਸਾਰਿਆਂ ਨੂੰ ਉਹ ਪਾਲਦਾ ਹੈਗਾ ਅਤੇ ਨਾਲੇ ਉਹਨਾਂ ਨੂੰ ਸੁੱਖ ਦਿੰਦਾ ਹੈਗਾ, ਉਹ ਆਰਾਮ ਨਾਲ ਰਹਿੰਦੇ ਨੇ। ਤੁਸੀਂ ਦੇਖੋ ਕਿ ਕੀੜੀਆਂ ਹੈਗੀਆਂ ਜਿਹੜੇ ਮਕੌੜੇ, ਉਹ ਵੀ ਆਪਣਾ ਘਰ ਇੱਦਾਂ ਬਣਾਉਂਦੇ ਨੇ ਕਿ ਉਹ ਏਅਰ ਕੰਡੀਸ਼ਨ ਹੁੰਦੇ ਨੇ, ਉਹਨਾਂ ਸੁੱਖ ਨਾਲ ਰਹਿੰਦੇ ਨੇ, ਉਹ ਵੀ ਸੁੱਖ ਨਾਲ ਪਲਦੇ ਨੇ। ਭਗਤ ਜਨਾਂ ਕੋ ਸਾਚਾ ਤਾਣ, ਜਿਹੜੇ ਹੈਗੇ ਸਤਿਗੁਰ ਅਕਾਲ ਪੁਰਖ ਦੇ ਜਿਹੜੇ ਭਗਤ ਹੈਗੇ ਨੇ, ਉਹਨਾਂ ਨੂੰ ਤੁਹਾਡਾ ਹੀ ਆਸਰਾ ਹੈਗਾ, ਤੁਹਾਡਾ ਹੀ ਮਾਣ ਹੈਗਾ। ਦਾਸ ਆਪਣੇ ਕੀ ਆਪੇ ਰਾਖੀ, ਬਹਿ ਭੰਜਨ ਉੱਪਰ ਕਰਤੇ ਮਾਣ, ਉਪਾਰੇ ਉਪਾਰ ਕਰਤੇ ਮਾਣ। ਦਾਸ ਆਪਣੇ ਕੀ, ਤੁਹਾਡੇ ਜਿਹੜਾ ਸੇਵਕ ਹੈਗਾ ਅਕਾਲ ਪੁਰਖ ਦਾ, ਆਪੇ ਰਾਖੇ ਬਹਿ ਭੰਜਨ, ਇਹ ਹੁੰਦਾ ਹੈਗਾ, ਇਹ ਡਰ ਹੁੰਦਾ ਹੋਮੇ ਵਾਲੇ ਨੂੰ, ਅਤੇ ਮਨ ਦਾ ਜਿਹੜਾ ਹੁੰਦਾ ਚੇਲਾ ਉਹਨੂੰ ਹੁੰਦਾ ਭੈ, ਵੀ ਮੇਰਾ ਕਿਤੇ ਗੁਰਮੁਖ ਮੇਰੀ ਫੜ ਨਾ ਲਵੇ ਚਲਾਕੀ। ਗੁਰਮੁਖ ਨੂੰ ਹੁੰਦਾ ਭਉ ਅਕਾਲ ਪੁਰਖ ਦਾ, ਅਤੇ ਜਿਹੜਾ ਹੁੰਦਾ ਚਿੱਤ ਬਿਰਤੀ 'ਚ ਹੁੰਦਾ ਆਦਮੀ, ਉਹਦਾ ਨਿਰਭੈ ਅਤੇ ਨਿਰਭਉ ਹੁੰਦਾ ਹੈਗਾ। ਅਤੇ ਅਰਦਾਸ ਆਪਣੇ ਕੀ ਆਪੇ ਰਾਖੀ, ਬਹਿ ਬੰਜਨ ਉੱਪਰ ਕਰਤੇ ਮਾਣ, ਇਹ ਆਪਣਾ ਜਿਹੜਾ ਦੁਨੀਆ ਦਾ ਪੈ ਹੈਗਾ, ਵੀ ਕੋਈ ਆਹ ਮੈਨੂੰ ਨਾ ਕਹੇ, ਉਹ ਨਾ ਕਹੇ, ਉਹ ਸਾਰੇ ਉਹ ਆਪੇ ਸਾਂਭ ਲੈਂਦਾ, ਫਿਰ ਤੁਸੀਂ ਉਹਦੀ ਕਰੀ ਜਾਓ, ਉਹ ਜਿਹੜੇ ਤੁਹਾਡੇ ਦੁਸ਼ਮਣ ਉਹਨਾਂ ਨੂੰ ਆਪੇ ਹੀ ਉਹ ਸੋਧ ਲੈਂਦਾ ਹੈਗਾ। ਅਤੇ ਉੱਪਰ ਕਰਤੇ ਮਾਣ, ਸਾਨੂੰ ਤੇਰੇ ਉੱਤੇ ਮਾਣ ਹੈਗਾ, ਪਈ ਮਿੱਤਰਾਈ ਮਿੱਟੀ ਬੁਰਾਈ,
ਬਈ ਮਿਤਰਾਈ ਮਿਤਰਾਈ ਜਿਹੜੀ ਕਿ ਮੇਰਾ ਹੈਗਾ ਉਹ ਜਿਹੜਾ ਉਹ ਵੀ ਜਾਂਦਾ ਰਹਿੰਦਾ ਹੈਗਾ। ਕਿਉਂ? ਅਕਾਲ ਪੁਰਖ ਦਾ ਜਦੋਂ ਚੌਥੀ ਬਿਰਤੀ 'ਚ ਹੋਏ ਉਹਨੂੰ ਸਾਰੇ ਇੱਕੋ ਜਿਹਾ ਨਜ਼ਰ ਆਉਂਦੇ ਨੇ, ਕੋਈ ਵਿਤਕਰਾ ਨਹੀਂ ਹੁੰਦਾ। ਮਿੱਟੀ ਬੁਰਾਈ ਉਹਦੇ 'ਚ ਫਿਰ ਨਾ ਕਿਸੇ ਦੀ ਬੁਰੀ ਸੋਚਦਾ ਹੈਗਾ, ਅਤੇ ਦ੍ਰਿਸ਼ਟ ਦੇਸ਼ ਦੂਤ ਹਰ ਕਾਢੇ ਛਾਣ। ਦੁਸ਼ਟ ਦੁਸ਼ਟ ਹੈਗਾ ਕਿ ਦੂਰ ਕਾਢੇ ਛਾਣ, ਉਹਨੇ ਜਿਹੜੇ ਸੀਗੇ ਨਾ ਤੁਹਾਡੇ ਦੁਸ਼ਮਣ ਸੀ ਉਹਨੇ ਕੱਢ ਕੇ ਰੱਖ ਦਿੱਤੇ, ਜਿੱਦਾਂ ਮੱਖਣ ਚੂੰ ਬਾਲ ਕੱਢ ਦੇਈਦਾ। ਸੁਖ ਸਹਿਜ ਆਨੰਦ ਗਨੇਰੇ, ਸੁਖ ਅਤੇ ਸਹਿਜ ਨਾਲ, ਸਹਿਜ ਜਿਹੜਾ ਹੈਗਾ ਨਾ ਅਵਸਥਾ ਉਹ ਹੁੰਦੀ ਬੁੱਧੀ ਨੂੰ, ਬੁੱਧੀ 'ਚ ਜਿਸ ਆਦਮੀ ਹੁੰਦਾ ਉਦੋਂ ਸਹਿਜ ਹੁੰਦੀ। ਸੁਖ ਸਹਿਜ ਆਨੰਦ ਗਨੇਰੇ, ਫਿਰ ਉਹਨੂੰ ਬਹੁਤ ਆਨੰਦ ਮਿਲਦੇ ਨੇ, ਯਾਨੀ ਕਿ ਆਪਣੇ ਮਸਤ ਰਹਿੰਦਾ। ਨਾਨਕ ਜੀਵੇ ਹਰ ਗੁਣ ਵਿਖਾਣੇ, ਹਰ ਦੇ ਗੁਣ ਵਿਖਾਣੇ, ਵਿਖਾਣੇ ਹੁੰਦਾ ਉਹਨਾਂ ਦੀ ਵਿਆਖਿਆ ਕਰਨੀ। ਇਹ ਨਹੀਂ ਕਿ ਤੁਸੀਂ ਤੋਤੇ ਵਾਂਗਣ ਪਾਠ ਕਰ ਲਓ ਅਤੇ ਮੈਂ ਕਰ ਲਿਆ ਜੀ ਪਾਠ ਅਤੇ ਆਹ ਹੋ ਗਿਆ, ਇਹ ਨਹੀਂ ਕੋਈ ਸਿਮਰਨ ਹੈਗਾ। ਸਿਮਰਨ ਹੁੰਦਾ ਜਦੋਂ ਉਹਦੀ ਵਿਆਖਿਆ ਕਰਦੇ ਆ ਤੁਸੀਂ, ਲੋਕਾਂ ਨੂੰ ਦੱਸਦੇ ਆ, ਤਦ ਹੁੰਦੀ ਹੈ ਉਹਦੇ ਆ ਸਿਮਰਨ। ਅਤੇ ਇਹ ਹੈਗਾ ਇਸ ਵਾਕ ਦਾ, ਅਤੇ ਅੱਗੇ ਦੇਖੋ ਕੀ ਹੈ।